35 ਤੋਂ 40 ਬੰਦਿਆਂ ਦੇ ਵੱਲੋਂ ਅੰਮ੍ਰਿਤਸਰ ਦੇ ਕੋਲਡ ਸਟੋਰ ਦੇ ਵਿੱਚ ਦੇਰ ਰਾਤ ਡਾਕਾ ਮਾਰਿਆ ਗਿਆ। ਦੇਰ ਰਾਤ ਚਾਟੀ ਪਿੰਡ ਦੇ ਅਧੀਨ ਪੈਂਦੇ ਪਿੰਡ ਇੱਬਣ ਕਲਾਂ ਦੇ ਵਿੱਚ AK ਕੋਲਡ ਸਟੋਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 2 ਕਰੋੜ ਦੇ ਕਰੀਬ ਕੋਲਡ ਸਟੋਰ ਦੇ ਵਿੱਚੋਂ ਮਾਲ ਚੋਰੀ ਹੋ ਚੁੱਕਿਆ ਅਤੇ ਦੱਸਿਆ ਜਾ ਰਿਹਾ ਕਿ ਕੋਲਡ ਸਟੋਰ ਦੇ ਵਿੱਚ ਡਰਾਈ ਫਰੂਟ ਕਰਿਆਨਾ ਐਸੋਸੀਏਸ਼ਨ ਦਾ ਸਮਾਨ ਪਿਆ ਸੀ। ਕੰਮ ਕਰਦੇ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟ ਕੀਤੀ ਗਈ ਹੈ। ਦੱਸਿਆ ਜਾ ਰਿਹਾ ਕਿ ਲੁਟੇਰੇ ਕਾਜੂ, ਛੋਟੀ ਇਲਾਇਚੀ, ਅੰਜੀਰ, ਸੋਗੀ ਅਤੇ ਕਾਲੇ ਛੋਲੇ ਅਤੇ ਹੋਰ ਮਹਿੰਗੀਆਂ ਚੀਜ਼ਾਂ ਦੀ ਲੁੱਟ ਕਰਕੇ ਫਰਾਰ ਹੋ ਗਏ ਨੇ। ਇੱਕ ਟਰੱਕ ਅਤੇ ਇੱਕ ਮਹਿੰਦਰਾ ਗੱਡੀ ਅਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਹ ਬਦਮਾਸ਼ ਆਉਂਦੇ ਨੇ। CCTV ਕੈਮਰੇ ਵੀ ਜਾਂਦੇ ਹੋਏ ਲੁਟੇਰੇ ਪੁੱਟ ਕੇ ਨਾਲ ਲੈ ਗਏ ਨੇ। ਉੱਧਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। CCTV ਖੰਗਾਲੇ ਜਾ ਰਹੇ ਨੇ। ਮੇਰਾ ਨਾਮ ਜੀ ਹੈਪੀ ਰੋੜਾ, ਇਹ ਸਟੋਰ ਹੈ AK ਕੋਲ ਸਟੋਰ, ਚਬਾਰ ਰੋਡ, ਇੱਬਣ ਕਲਾਂ। ਕੀ ਗੱਲ ਹੋਈ ਹੈ ਜੀ? ਇਹ ਰਾਤੀ ਕੋਈ 1:30 ਵਜੇ ਬੰਦੇ ਆਏ ਹੈ ਇੱਥੇ, 35 ਤੋਂ 40 ਬੰਦੇ ਤੱਕ, ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ, ਅਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਅਤੇ ਗੱਡੀ, ਇੱਕ ਟਰੱਕ ਅਤੇ ਇੱਕ ਮਹਿੰਦਰਾ ਲੋਡ ਕਰਕੇ ਇੱਥੋਂ ਲੈ ਗਏ। ਇਹ ਸਾਨੂੰ 4:00 ਅਤੇ 21 ਮਿੰਟ 'ਤੇ ਬਾਹਰ ਕੈਮਰਿਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ। ਸਾਨੂੰ 4:40 ਦੇ ਬੰਦਿਆਂ ਨੇ ਅੰਦਰੋਂ ਆਪਣੇ ਜਿਹੜੇ ਬੰਦੀ ਬਣੇ ਸੀ ਉਹਨਾਂ ਨੇ ਬੂਹੇ ਬੂਹੇ ਤੋੜ ਕੇ ਬਾਹਰ ਆਏ ਅਤੇ ਉਹਨਾਂ ਨੇ ਸਾਨੂੰ ਫੋਨ ਕੀਤਾ। ਅਸੀਂ 4:40 ਅਤੇ 45 ਦੇ ਇੱਥੇ ਪਹੁੰਚ ਗਏ ਸੀ। ਬੰਦੇ 35 ਤੋਂ 40 ਤੱਕ ਗਏ। ਕੀ ਕੀ ਚੋਰੀ ਹੋਇਆ? ਚੋਰੀ ਦੇਖੋ ਜੀ, ਇਹ ਐਸਟੀਮੇਟ ਲੱਗਦਾ ਪਿਆ ਤਕਰੀਬਨ ਕੋਈ 1.5 ਤੋਂ ਲੈ ਕੇ 2 ਕਰੋੜ ਤੱਕ ਨੁਕਸਾਨ ਹੈਗਾ। ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈਗੇ ਜਿਹੜੇ ਚੋਰੀ ਹੋਏ? ਮਹਿੰਗੇ ਪਦਾਰਥ ਸਾਰੇ ਹੈ ਜੀ, ਇੱਥੇ ਸਸਤਾ ਪਦਾਰਥ ਕੋਈ ਵੀ ਨਹੀਂ ਹੈਗਾ, ਕਿਉਂ ਕਾਜੂ ਹੈ ਅਤੇ ਉਹ ਵੀ ਮਹਿੰਗਾ, ਅੰਜੀਰ ਹੈ ਉਹ ਵੀ ਮਹਿੰਗੀ ਹੈ, ਅਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ, ਕਿਉਂ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ। ਮੈਂ ਤਕਰੀਬਨ ਇੰਨਾ ਨੁਕਸਾਨ ਤਾਂ ਹੈਗਾ ਹੀ ਹੈ, ਇਸ ਤੋਂ ਵੱਧ ਹੋ ਸਕਦਾ ਘੱਟ ਨਹੀਂ। ਕਿੰਨੇ ਦਾ ਸਮਾਂ ਦੱਸਿਆ ਜਾ ਰਿਹਾ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ? ਬੰਦੇ ਸਾਡੇ 7 ਹੈਗੇ ਜੀ। ਉਹ ਹਥਿਆਰਾਂ ਦੇ ਨਾਲ ਆਏ? ਉਹ ਹਥਿਆਰਾਂ ਨਾਲ ਆਏ ਸੀ, 5 ਬੰਦਿਆਂ ਕੋਲ ਹਥਿਆਰ ਹੈਗਾ ਸੀ ਅਤੇ ਬਾਕੀ ਬੰਦਿਆਂ ਕੋਲ ਮਤਲਬ ਉਹਨੇ ਹਥਿਆਰ ਨਹੀਂ ਸੀਗਾ। ਤਿਆਰ ਹੋਏਗਾ 5 ਬੰਦਿਆਂ ਕੋਲ, ਉਹਨਾਂ ਨੇ ਵੇਖਿਆ। ਉਹਨਾਂ ਬੰਦੀ ਬਣਾ ਲਿਆ ਤੁਹਾਡੇ ਬੰਦੇ? ਹਾਂਜੀ, ਬੰਦੇ ਬਣਾ। ਕਿੰਨੇ ਵਜੇ ਟਾਈਮ 'ਚ ਬੰਦੀ ਬਣਾਇਆ? 1:30 ਵਜੇ ਅੰਦਰ ਆਏ ਜੀ, ਅਤੇ 4 ਵਜੇ ਦੇ ਕਰੀਬ ਗਏ। ਲੱਗਦਾ ਕਿ ਵੱਡਾ ਘਾਟਾ ਪੈ ਗਿਆ ਜੀ। ਹਾਂਜੀ, ਇੱਥੇ ਬਹੁਤ ਵੱਡਾ ਘਾਟਾ ਜੀ, ਵਪਾਰੀਆਂ ਦਾ ਮਾਲ ਹੁੰਦਾ, ਵਪਾਰੀ ਸਾਨੂੰ ਭੇਜਦੇ ਆ, ਅਸੀਂ ਰੈਂਟ 'ਤੇ ਉਹਨਾਂ ਦਾ ਮਾਲ ਰੱਖਦੇ ਹਾਂ, ਅਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ, ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਤੋਂ ਛੇਤੀ ਫੜੇ ਜਾਣਗੇ। ਪੁਲਿਸ ਮੌਕੇ 'ਤੇ ਪਹੁੰਚੀ? ਪੁਲਿਸ, ਹਾਂ ਪੁਲਿਸ ਗਏ, ਪੁਲਿਸ ਕਮਿਸ਼ਨਰ ਸਾਹਿਬ ਉਹ ਗਏ ਆ। CCTV ਸਾਹਮਣੇ ਆਈ ਹੈ ਜੀ? CCTV ਕਹਿ, ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ, ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ 'ਤੇ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਕਰਨੀ ਜਲਦੀ ਜਲਦੀ ਚੋਰ ਫੜੇ ਜਾਣ, ਅਤੇ ਦੇਖੋ ਮੈਂ ਤਾਂ ਇਹੋ ਮੰਗ ਕਰਾਂ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ, ਅਤੇ ਲੱਗਦਾ ਕਿ ਲੋਕ ਤੁਹਾਡੇ 'ਤੇ ਵਿਸ਼ਵਾਸ ਕਰਕੇ ਇੰਨਾ ਮਾਲ ਰੱਖਦੇ ਨੇ। ਲੋਕ ਵਿਸ਼ਵਾਸ ਕਰਦੇ ਆ, ਲੋਕ ਸਾਡੇ 'ਤੇ ਵਿਸ਼ਵਾਸ ਕਰਦੇ ਆ ਅਤੇ ਇੰਨਾ ਮਾਲ ਰੱਖਦੇ ਆ, ਅਤੇ ਬਾਕੀ ਸਾਡਾ ਵੀ ਹੁਣ ਜੇ ਗੌਰਮੈਂਟ ਚਾਹੇ ਅਤੇ ਸਾਥ ਦੇਵੇ ਅਤੇ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਹੇ ਸਾਰੀ ਉਮਰ। ਆਤਮਾਜੀਤ ਜੀ, ਕਿੱਥੇ ਕੰਮ ਕਰਦੇ ਹੋ? AK ਕੋਲ ਸਟੋਰ 'ਚ। ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ? 8-10 ਸਾਲ ਹੋ ਗਏ ਜੀ। ਅਤੇ ਕੀ ਘਟਨਾ ਵਾਪਰੀ ਰਾਤੀ? ਰਾਤੀ ਜੀ 2:30 ਵਜੇ ਦੇ ਵਿੱਚ 2 ਵਜੇ ਦੇ ਵਿੱਚ ਬੰਦੇ ਆਏ ਅਤੇ ਹਥਿਆਰ ਉਹਨਾਂ ਕੋਲ, ਅਤੇ ਉਹਨਾਂ ਆਣ ਕੇ ਮਾਰਨ ਦੀ ਕੀਤੀ ਆ, ਕਿਸੇ ਸਿਰ 'ਤੇ ਰੱਖ ਲਿਆ, ਕਿਸੇ ਕਿਤੇ ਰੱਖ ਲਿਆ, ਅਤੇ ਬੰਨ ਦਾ ਸਾਨੂੰ ਸਾਰਿਆਂ ਨੂੰ 6-7 ਜਣਿਆਂ ਨੂੰ
ਬੰਦ ਕਮਰੇ 'ਚ ਤੁਸੀਂ ਨਾ ਇੱਥੇ ਹਾਂ ਜੀ ਓਪਨ ਦੇ ਵਿੱਚ ਹਾਂਜੀ ਸਾਨੂੰ ਉਹ ਕਮਰੇ 'ਚ ਬੰਦ ਕਰਤੇ ਆ ਅਤੇ ਆਏ ਕਿਸ ਚੀਜ਼ ਦੇ ਉੱਪਰ ਆਏ ਕਾਹਦੇ 'ਤੇ ਆਏ ਜੀ ਪਹਿਲਾਂ ਤਾਂ ਉਸ ਤਰ੍ਹਾਂ ਹੀ ਆਏ ਆ ਪੌੜੀ ਲੱਗੀ ਪਿੱਛੇ ਅਤੇ ਫਿਰ ਉਹ ਗੱਡੀ 'ਤੇ ਵੀ ਆਏ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕੇ ਬੜਾ ਲੈ ਗਿਆ ਜੀ ਬਹੁਤ ਜ਼ਿਆਦਾ ਤੁਸੀਂ ਸੀ ਸੀ ਟੀ ਵੀ ਕੈਮਰੇ ਲੱਗੇ ਸੀ ਹਾਂਜੀ ਲੱਗੇ ਉਹ ਵੀ ਚੁੱਕੇ ਲੱਗੇ ਸੀ ਸੀ ਟੀ ਵੀ ਕੈਮਰੇ ਹਾਂਜੀ ਉਹ ਕਹਿੰਦੇ ਹੁਣ ਮਾਰਿਆ ਮੁਰਿਆ ਤਾਂ ਨਹੀਂ ਮਾਰਿਆ ਜੀ ਮੈਨੂੰ ਮਾਰਿਆ ਬੰਦੇ ਨੂੰ ਮਾਰਿਆ ਅਤੇ ਮਹਿੰਗਾ ਸਮਾਨ ਕਿਹੜਾ ਖੜਾ ਕਾਜੂ ਜੀ ਸਭ ਤੋਂ ਜਿਹੜਾ ਮਹਿੰਗਾ ਹਾਂਜੀ ਕਾਲੀ ਮਿਰਚ ਹੋ ਗਈ ਸਮਾਂ ਕਿੰਨੇ ਵਜੇ ਦਾ ਸੀ ਸਮਾਂ ਹੈਗਾ ਸੀ ਦੋ ਤੋਂ ਡੇਢ ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹੇ ਉਹ ਗਏ ਜੀ ਜਦੋਂ ਬਾਬਾ ਬੋਲਿਆ 4 ਵਜੇ ਹਾਂਜੀ ਅਤੇ ਹਥਿਆਰ ਵੀ ਉਹਨਾਂ ਕੋਲ ਹੈਗੇ ਹਾਂਜੀ ਕੋਈ ਸਹੀ ਮੌਕੇ ਹਾਂਜੀ ਸਹੀ ਮੌਕੇ ਪੁਲਿਸ ਸਵੇਰੇ ਸਾਨੂੰ ਜਦੋਂ ਅਸੀਂ ਖੁੱਲ੍ਹੇ ਨਾ ਉਹ ਵੇਖੋ ਅਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ ਫਿਰ ਆਏ ਉਹ ਕਹਿੰਦੇ ਜੀ ਫੋਨ ਵੀ ਤੁਹਾਡੇ ਰੱਖ ਲਏ ਸੀ ਉਹਨਾਂ ਨੇ ਸਾਰੇ ਫੋਨ ਪਹਿਲਾਂ ਖੋਲ੍ਹੇ ਜੀ ਸ਼ਾਇਦ ਕਿੰਨੇ ਜਾਣੇ ਦੱਸੇ ਜਾਣੇ 7 ਜਾਣੇ ਉਹ ਕਿੰਨੇ ਜਾਣੇ ਸੀ ਉਹ ਤਾਂ 35-40 ਜਾਣੇ ਕਹਿੰਦਾ ਟੱਪ ਕੇ ਸੀ ਹਾਂਜੀ ਹਾਂਜੀ ਅਤੇ ਫਿਰ ਕਹਿੰਦੇ ਉਸ ਤੋਂ ਬਾਅਦ ਬੂਹਾ ਵੀ ਖੋਲ੍ਹਿਆ ਗਿਆ ਹਾਂਜੀ ਸਭ ਖੋਲ੍ਹੇ ਉਹਨਾਂ ਹੀ ਖੋਲ੍ਹੇ ਕਿਸੇ ਨੇ ਸਾਡੇ ਬੰਦੇ ਨੂੰ ਮੈਂ SHO ਚਾਟੀਵਿੰਡ ਕੀ ਸਰ ਮਾਮਲਾ ਕੀ ਹੋਇਆ ਕਿੱਥੇ ਸਟੋਰ ਹੈਗਾ ਕਿ ਕਿੰਨੇ ਇੱਥੇ ਬਣਕੜਾ ਇੱਕ ਕੋਲਡ ਸਟੋਰ ਆ ਉੱਥੇ ਆਏ ਹਾਂ ਮੌਕਾ ਵੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਅਤੇ ਕੋਲਡ ਸਟੋਰ 'ਤੇ ਕੁਝ ਕਾਜੂ ਜਿਵੇਂ ਅੰਜੀਰ ਆ ਇਹੋ ਜਿਹੇ ਵਰਾਇਟੀਆਂ ਕੁਛ ਨਾ ਅਣਪਛਾਤੇ ਕੋਈ ਕੰਪਲੇਂਟ ਆਈ ਆਪਾਂ ਲੈ ਕੇ ਆਏ ਇੱਥੋਂ ਅਤੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵਾਈ ਕੀਤੀ ਜਾਊ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ ਅਤੇ ਕਿੰਨੇ ਬੰਦੇ ਦੱਸੇ ਜਾ ਰਹੇ ਕੋਈ ਮਾਲਕ ਮਕਾਨ ਦੱਸਿਆ ਗਿਆ ਸਟੋਰ ਵੱਲੋਂ ਉਹ ਇਹ ਤਸਦੀਕ ਕਰ ਰਹੇ ਪੁੱਛਗਿੱਛ ਕਰ ਰਹੇ ਉਹਨਾਂ ਕੋਲੋਂ ਮਾਮਲਾ ਦਰਜ ਕਰ ਲਿਆ ਹਾਂ ਹਾਂਜੀ ਮਾਮਲਾ ਦਰਜ ਕਰਕੇ ਤਫਤੀਸ਼ ਸਟਾਰਟ ਕਰ ਰਹੇ